ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਨਗਰ ਡੇਰਾ ਬਾਬਾ ਧਿਆਨ ਦਾ ਸੰਗਤਾਂ ਪਹੁੰਚੀਆਂ ਨੇ। ਬਾਬਾ ਜੀ ਨੇ ਪੈਦਲ ਯਾਤਰਾ ਕੀਤੀ ਆ, ਬਹੁਤ ਹੈ ਕੀਤੀ ਹੈ। ਬਾਬਾ ਜੀ ਮਖੂ ਤੋਂ ਆਏ ਆ ਅਤੇ ਹੁਣ ਹਜ਼ੂਰ ਸਾਹਿਬ ਜਾਣਾ ਬਾਬਾ ਜੀ ਨੇ, ਠੀਕ ਆ, ਸਾਈਕਲ 'ਤੇ, ਉਹ ਵੀ ਸਾਈਕਲ 'ਤੇ। ਅਤੇ ਬਾਬੇ ਨੇ ਗੱਲਾਂ ਬਾਤਾਂ ਕਰਦੇ ਦੋ ਸਿੰਘ ਨੇ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਹੋਰ ਠੀਕ ਠਾਕ ਹੋ ਬਾਬਾ ਜੀ? ਅਤੇ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਯਾਤਰਾ ਕਰਦੇ ਹੋ ਤੁਹਾਨੂੰ? ਮਹੀਨੇ ਚ ਤੇ ਮਖੂ ਤੋਂ ਆ ਕੇ ਇੱਧਰ ਫਿਰ ਮੁਕਤਸਰ ਸਾਹਿਬ ਮੱਥਾ ਟੇਕ ਕੇ ਰਾਹ ਜੋ ਸਕਤਾ ਪਿਆਰ ਦਿੰਦੀਆਂ, ਬੜਾ ਪਿਆਰ ਕਰਦੇ ਕੋਈ? ਠੀਕ ਹੈ ਜੀ, ਗੱਫੇ ਦਿੰਦੀਆਂ ਨੇ ਤੇ ਜਹੇਦਾਰ ਜੀ ਨੇ। ਅੱਛਾ, ਵੈਦ ਜੀ, ਤੁਸੀਂ ਵੈਦ ਵੀ ਹੈ ਜੀ ਇਹ? ਅੱਛਾ, ਕਾਹਦੀ ਦਵਾਈ ਦਿੰਦੇ ਹੋ ਬਾਪੂ ਜੀ? ਅਸੀਂ ਜੀ ਹਰ ਕਿਸਮ ਦੇ ਵੈਦ ਹੈ, ਗੱਡੀਆਂ ਦੇ ਵੀ ਵੈਦ ਨਾ, ਦੂਜੇ ਵੀ ਵੈਦ। ਅੱਛਾ, ਮਹੀਂ ਡੰਗਰਾਂ ਦੇ ਵੀ ਵੈਦ ਨਾ, ਘੋੜੇ ਘੋੜੀਆਂ ਦੇ ਵੀ ਵੈਦ। ਅੱਛਾ, ਠੀਕ ਹੈ ਜੀ, ਅਕਾਲ ਪੁਰਖ ਨੇ ਬਹੁਤ ਕੁਝ ਬਖਸ਼ਿਆ। ਤੇ ਬਾਬੇ ਵੈਦ ਵੀ ਨੇ, ਬਾਬੇ ਦਾ ਨੰਬਰ ਵੀ ਹੈ, ਤੁਸੀਂ ਜੇ ਤੁਹਾਨੂੰ ਕੋਈ ਵੀ ਦੇਸੀ ਦਵਾਈ ਦੀ ਲੋੜ ਆ, ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਲੋੜ ਆ, ਤਾਂ ਬਾਬੇ ਨਾਲ ਕੰਟੈਕਟ ਵੀ ਕਰ ਸਕਦੇ ਹੋ। ਜਹੇਦਾਰ ਠੀਕ ਹੈ ਜੀ। ਹੋਰ ਇਸ ਤੋਂ ਇਲਾਵਾ ਕਾਹਦੀ ਕਾਹਦੀ ਦਵਾਈ ਦਿੰਦੇ ਹੋ ਬਾਪੂ ਜੀ? ਦੋਸਤੋ ਵੀ ਇੱਥੇ ਆਪਾਂ ਗੱਡੀਆਂ 'ਤੇ ਜਾਂਦੇ ਹਾਂ, ਨਹੀਂ ਜਾਇਆ ਜਾਂਦਾ, ਅਤੇ ਆਹ ਦੇਖੋ ਸਾਈਕਲ 'ਤੇ। ਕਹਿੰਦੇ ਜਿਹਨੇ ਯਾਤਰਾ ਕਰਨੀ ਨਾ, ਜਿਹਦੇ ਮਨ 'ਚ ਹੈਗਾ, ਅਤੇ ਉਹ ਕਿਤੇ ਵੀ ਕਰ ਸਕਦਾ। ਅਤੇ ਆਹ ਸਿੰਘ ਬਾਬਾ ਜੀ, ਫਿਰ ਤੁਸੀਂ ਵੀ ਨਾਲ ਹੀ ਜਾਂਦੇ ਦੋਨੇ ਸਿੰਘ ਇਕੱਠੇ? ਅਤੇ ਆਹ ਤੁਹਾਡੇ 96 ਦੇ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ ਸੇਵਾ ਲਾ ਕੇ ਗੁਰਦੁਆਰੇ ਸਾਹਿਬ ਦੀ ਸੇਵਾ ਕਰਾਈ ਆ। ਅੱਛਾ, ਮਖੂ ਦੇ ਵਿੱਚ? ਠੀਕ ਹੈ ਜੀ, ਅਤੇ ਬਹੁਤ ਵੱਡੀ ਇਹਨਾਂ ਦੀ ਆਪਾਂ ਕਹਿ ਸਕਦੇ ਹਾਂ ਸੇਵਾ ਦੀ, ਹਜ਼ੂਰ ਸਾਹਿਬ ਤੋਂ ਸੇਵਾ ਲੈਂਦੀ ਆ, ਨੀਂਹ ਪੱਥਰ ਰੱਖਿਆ ਗੁਰਦੁਆਰੇ ਸਾਹਿਬ ਦਾ, ਅਤੇ ਮਖੂ ਜੀ ਕੋਲ ਗੁਰਦੁਆਰੇ ਸਾਹਿਬ ਦੀ ਸੇਵਾ ਕਰਾਈ ਆ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ ਅਤੇ ਨਾਲ ਸਾਡੇ ਨਗਰ ਦੇ ਮਹਾਂਪੁਰਸ਼ਾਂ ਦਾ ਗੁਰਦੁਆਰਾ ਬਾਬਾ ਕਰਮਚੰਦ ਜੀ ਦਾ, ਜਿਵੇਂ ਤੁਹਾਡੇ ਇੱਥੇ ਗੁਰਦੁਆਰਾ, ਬਹੁਤ ਵੱਡੀ ਮਹਾਨਤਾ ਹੈ। ਤਕਰੀਬਨ 400-500 ਖੰਡ ਪਾਠ ਮਤਲਬ ਬਰਸੀ ਦੇ ਹੁੰਦਾ। ਅੱਛਾ ਜੀ, ਹਰ ਰੋਜ਼ ਖੰਡ ਪਾਠ ਚੱਲਦਾ ਰਹਿੰਦਾ ਜੀ। ਠੀਕ ਹੈ ਜੀ, ਅਤੇ ਲੰਗਰ ਪਾਣੀ ਵੀ ਇਸੇ ਤਰ੍ਹਾਂ ਹਰ ਰੋਜ਼ ਸਵੇਰੇ ਸ਼ਾਮ ਚੱਲਦਾ ਰਹਿੰਦਾ। ਮੈਂ ਡਾਲੀ ਲੈਣ ਜਾਣਾ, ਮੈਂ ਫੇਰ ਜਾਵਾਂਗਾ, ਪਹਿਲੇ ਤੁਹਾਡੇ ਨਾਲ ਲੰਗਰ ਪਾਣੀ ਛਕਾਵਾਂਗਾ। ਇੱਕ ਰਾਜ ਸਿੰਘ ਆਉਂਦਾ ਪਿਆ, ਉਹਨੇ ਗੱਫਾ ਵੀ ਸਾਨੂੰ 500 ਰੁਪਇਆ ਦਿੱਤਾ। ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਬਾਬਾ ਜੀ। ਠੀਕ ਹੈ ਜੀ, ਤੇ ਤੁਸੀਂ ਬੋਲਣਾ ਬਾਬਾ ਜੀ ਕੁਛ? ਤੇ ਬਹੁਤ ਆ ਸਾਈਕਲ ਆ ਜੀ, ਇਹਨਾਂ ਤੁਸੀਂ ਦੇ ਸਕਦੇ ਹੋ। ਪ੍ਰੀਤਮ ਸਿੰਘ ਆ। ਅੱਛਾ ਜੀ, ਇਹਨਾਂ ਦਾ ਨਾਮ ਕਿਰਪਾਲ ਸਿੰਘ ਹੈ, ਮੈਨੂੰ ਜਥੇਦਾਰ ਵਾਹਿ ਪ੍ਰੀਤਮ ਸਿੰਘ ਕਹਿੰਦੇ ਆ। ਠੀਕ ਆ, ਮੇਰਾ ਨਾਮ ਪ੍ਰੀਤਮ ਸਿੰਘ ਆ। ਠੀਕ ਹੈ ਜੀ, ਆਹ ਸਾਈਕਲ, ਇਹ ਸਾਈਕਲ ਵੀ ਦੋਸਤੋ ਦੇਸੀ ਆ, ਵੀ ਐਂ ਨਹੀਂ ਅੱਜ ਕੱਲ੍ਹ ਦੇ ਨਵੇਂ ਜ਼ਮਾਨੇ ਦੇ, ਨਾ ਵੀ ਨਵਾਂ ਸਾਈਕਲ ਆ। ਅਤੇ ਬਹੁਤ ਵੱਡੀ ਇਹਨਾਂ ਦੀ ਸੇਵਾ, ਅਤੇ ਸੱਚੇ ਪਾਤਸ਼ਾਹ ਕਣਗੇ ਵਾਲੇ ਪਾਤਸ਼ਾਹ ਇਹਨਾਂ ਦੀ ਸੇਵਾ ਲੇਖੇ ਲਾਵੇ। ਧੰਨਵਾਦ ਦੋਸਤੋ, ਵੀਡੀਓ ਸ਼ੇਅਰ ਕਰ ਦਿਓ।